ਕਹਿੰਦੇ ਨੇ ਜੈਸਾ ਦੇਸ਼ ਵੈਸਾ ਭੇਸ, ਇਸ ਨੂੰ ਕਾਮਯਾਬੀ ਦਾ ਮੰਤਰ ਵੀ ਮੰਨਿਆ ਜਾਂਦਾ ਹੈ। ਅਤੇ ਇਹੀ ਗੱਲ ਕੈਨੇਡਾ ਦੇ NDP ਲੀਡਰ ਸਰਦਾਰ ਜਗਮੀਤ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਇੱਕ ਬਜ਼ੁਰਗ ਗੋਰੇ ਨੇ ਕੀਤੀ। ਅਸਲ ਵਿੱਚ ਬੁੱਧਵਾਰ ਨੂੰ ਜਗਮੀਤ ਸਿੰਘ ਆਪਣੀ ਪਤਨੀ ਨਾਲ ਰਸਤੇ 'ਤੇ ਜਾ ਰਿਹਾ ਸੀ ਤਾਂ ਉਸ ਨੂੰ ਅਚਾਨਕ ਇੱਕ ਗੋਰੇ ਨੇ ਰੋਕ ਕੇ ਕੰਨ ਵਿੱਚ ਸਲਾਹ ਦਿੱਤੀ, ਜੋ ਕਿ ਨਾਲ ਖੜ੍ਹੇ ਵੀਡੀਓ ਬਣਾ ਰਹੇ ਸ਼ਖਸ ਦੇ ਕੈਮਰੇ ਵਿੱਚ ਕੈਦ ਹੋ ਗਈ। ਇਸ ਗੋਰੇ ਬਜ਼ੁਰਗ ਨੇ ਜਗਮੀਤ ਸਿੰਘ ਨੂੰ ਉਸ ਦੀ ਪੱਗ ਨਾ ਬੰਨ੍ਹਣ ਬਾਰੇ ਕਿਹਾ। ਉਸ ਨੇ ਕਿਹਾ ਕਿ ਤੁਹਾਨੂੰ ਆਪਣੀ ਪੱਗ ਹਟਾ ਦੇਣੀ ਚਾਹੀਦੀ ਹੈ ਤਾਂ ਜੋ ਤੁਸੀਂ ਕੈਨੇਡੀਅਨ ਦੀ ਤਰ੍ਹਾਂ ਪਹਿਚਾਣ ਰੱਖ ਸਕੋ। ਇਸ 'ਤੇ ਜਗਮੀਤ ਨੇ ਬੜੇ ਪਿਆਰ ਨਾਲ ਉਸ ਗੋਰੇ ਨੂੰ ਜਵਾਬ ਦਿੰਦਿਆਂ ਕਿਹਾ ਕਿ ਉਹ ਇਸ ਗੱਲ ਨਾਲ ਸਹਿਮਤ ਨਹੀਂ ਹਨ ਅਤੇ ਕੈਨੇਡੀਅਨ ਲੋਕਾਂ ਨੂੰ ਕੈਨੇਡਾ ਵਿੱਚ ਜੋ ਮਰਜ਼ੀ ਕਰਨ ਦੀ ਆਜ਼ਾਦੀ ਹੈ। ਉਸੇ ਵਕਤ ਗੋਰੇ ਨੇ ਕਿਹਾ ਕਿ ਰੋਮ ਵਿੱਚ ਉਹੀ ਕਰਨਾ ਪੈਂਦਾ ਹੈ ਜੋ ਰੋਮਨ ਕਹਿੰਦੇ ਹਨ। ਇਸ ਦੇ ਜਵਾਬ ਵਿੱਚ ਜਗਮੀਤ ਸਿੰਘ ਨੇ ਕਿਹਾ ਕਿ ਪਰ ਉਹ ਕੈਨੇਡਾ ਵਿੱਚ ਹੈ, ਇੱਥੇ ਤੁਹਾਨੂੰ ਕੁਝ ਵੀ ਕਰਨ ਦੀ ਆਜ਼ਾਦੀ ਹੈ। Bonjour monsieur. Hello. How are you? Good to see you. So you okay? Yes, you too. Pleasure to meet you. You know what? What's that? You should cut your turban off and you put a little, you look like a Canadian. Oh, I think Canadians look like all sorts of people. That's the beauty of Canada. Yeah, but I don't agree, sir. In Rome, you do as the Romans. Hey, but this is Canada. You can do like whatever you like. All right. Thanks. I hope you. ਜਗਮੀਤ ਦੀ ਇਹ ਵੀਡੀਓ ਜਗਮੀਤ ਸਿੰਘ ਵੱਲੋਂ ਆਪਣੇ ਟਵਿੱਟਰ 'ਤੇ ਸ਼ੇਅਰ ਕੀਤੀ ਗਈ ਹੈ ਅਤੇ ਨਾਲ ਹੀ ਲਿਖਿਆ, ਬਹੁਤ ਸਾਰੇ ਕੈਨੇਡੀਅਨਾਂ ਨੂੰ ਕਿਹਾ ਜਾਂਦਾ ਹੈ ਕਿ ਸਫਲ ਹੋਣ ਲਈ ਉਹਨਾਂ ਨੂੰ ਬਦਲਣਾ ਪਏਗਾ। ਮੇਰਾ ਸੁਨੇਹਾ ਤੁਹਾਨੂੰ ਸਾਰਿਆਂ ਨੂੰ ਹੈ ਕਿ ਬੀ ਯੂਅਰ ਸੈਲਫ, ਜੋ ਵੀ ਹੋ ਉਸ ਵਿੱਚ ਸ਼ੁਕਰ ਮਨਾਓ। ਹਾਲਾਂਕਿ ਬਾਅਦ ਵਿੱਚ ਬਜ਼ੁਰਗ ਨੇ ਇਹ ਵੀ ਕਿਹਾ ਹੈ ਕਿ ਆਸ ਹੈ ਕਿ ਤੁਸੀਂ ਇਸ ਵਾਰ ਜਿੱਤ ਜਾਓਗੇ। ਜਗਮੀਤ ਨੇ ਆਪਣੇ ਪੇਜ 'ਤੇ ਇਹ ਵੀਡੀਓ ਸ਼ੇਅਰ ਕਰਦੇ ਲਿਖਿਆ, ਬਹੁਤ ਸਾਰੇ ਕੈਨੇਡੀਅਨ ਕਹਿੰਦੇ ਹਨ ਕਿ ਉਹਨਾਂ ਨੂੰ ਕਾਮਯਾਬ ਹੋਣ ਲਈ ਆਪਣੇ ਆਪ ਨੂੰ ਬਦਲਣਾ ਪਿਆ। ਮੇਰਾ ਤੁਹਾਨੂੰ ਸਾਰਿਆਂ ਨੂੰ ਸੰਦੇਸ਼ ਹੈ, ਜੋ ਹੈ ਉਹੀ ਰਹੋ ਅਤੇ ਆਪਣੀ ਪਹਿਚਾਣ ਸੈਲੀਬ੍ਰੇਟ ਕਰੋ। ਅਸੀਂ ਸਾਰਿਆਂ ਦੇ ਹਾਂ। ਵੈਸੇ ਪੁਰਾਣੀ ਕਹਾਵਤ ਵੀ ਹੈ ਕਿ ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ, ਪਰ ਗੱਲ ਜਦੋਂ ਆਪਣੀਆਂ ਧਾਰਮਿਕ ਕਦਰਾਂ ਕੀਮਤਾਂ ਨੂੰ ਨਿਭਾਉਂਦੇ ਹੋਏ ਅੱਗੇ ਵਧਣ ਦੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਸਿੱਖਾਂ ਦਾ, ਜੋ ਦੇਸ਼ ਦੇ ਨਾਲ ਭੇਸ ਨਹੀਂ ਬਦਲਦੇ, ਸਗੋਂ ਲੋਕਾਂ ਦੀ ਸੋਚ ਨੂੰ ਬਦਲਣ ਲਈ ਮਜਬੂਰ ਕਰ ਦਿੰਦੇ ਨੇ। ਕੈਨੇਡਾ ਦੇ ਸਭ ਤੋਂ ਉੱਚੇ ਅਹੁਦੇ ਦੀ ਦੌੜ ਵਿੱਚ ਸ਼ਾਮਿਲ ਸਰਦਾਰ ਜਗਮੀਤ ਸਿੰਘ ਨੇ ਵੀ ਕਦੇ ਆਪਣੀਆਂ ਸਿੱਖ ਕਦਰਾਂ ਕੀਮਤਾਂ ਨੂੰ ਕਿਸੇ ਲਈ ਵੀ ਨਹੀਂ ਤਿਆਗਿਆ। ਇਹੀ ਜਗਮੀਤ ਦੀ ਖਾਸੀਅਤ ਹੈ ਅਤੇ ਇਹੀ ਕੈਨੇਡਾ ਦੀ। ਵੀਡੀਓ ਤੋਂ ਬਾਅਦ ਸਿੱਖ ਜਗਮੀਤ ਦੀ ਇਸ ਜਵਾਬ ਦੇ ਫੈਨ ਹੋ ਗਏ ਹਨ। ਇਹ ਵੀਡੀਓ ਧੜੱਲੇ ਨਾਲ ਸ਼ੇਅਰ ਵੀ ਕੀਤੀ ਜਾ ਰਹੀ ਹੈ। ਤੁਸੀਂ ਇਸ ਬਾਰੇ ਕੀ ਸਮਝਦੇ ਹੋ? ਆਪਣੇ ਵਿਚਾਰ ਥੱਲੇ ਕਮੈਂਟ ਵਿੱਚ ਜ਼ਰੂਰ ਦਿਓ।